हेलो स्टूडेंट्स, हाउ आर यू? आई होप तुसी चैप्टर नंबर 1 नवा साल कविता दी प्रशंसित व्याख्या कर ली होवेगी। अज आपां पाठ नंबर 2 सियाना फैसला करांगे, ते इस पाठ नूं ध्यान नाल सुनना है। तो शुरू करते हाँ। इस कहानी विच मनुख द्वारा रुखां दी अन्नेवाह कटाई करन दे कारण पानी दी हो रही कमी दी समस्या नूं पेश कीता गया है। इस दे नाल ही एकता दे महत्व नूं भी इस कहानी विच दर्शाया गया है कि जिहड़े रुख असीं कट रहे हाँ वह रुखां दी कमी कारण जिहड़े आउण वाली गांह समस्यावां जिवें पानी दी समस्या, ठीक है, उसनूं उंगाड़िया है। तो इस दे नाल एकता कि साडा जिहड़े अंदर एकता नाल जे असीं कम करिए तां वड्डी तों वड्डी मुसीबत भी असीं चल सकते हाँ, उस दा सामना कर सकते हाँ। तो अज आपां कहानी शुरू करदे हाँ। जेठ हाड़ दे तप्ते दिनां च सारियां झीलां सुक गईआं। संघने जंगल विच हिरना ਦਾ ਇੱਕ ਝੁੰਡ ਪਾਣੀ ਦੀ ਭਾਲ ਵਿੱਚ ਨਿਕਲ ਕੇ ਇੱਧਰ ਉੱਧਰ ਭਟਕਣ ਲੱਗਾ। ਬਹੁਤ ਯਤਨ ਕਰਨ ਦੇ ਬਾਵਜੂਦ ਵੀ ਹਿਰਨਾਂ ਨੂੰ ਪਾਣੀ ਨਾ ਮਿਲਿਆ। ਝੁੰਡ ਵਿੱਚੋਂ ਇੱਕ ਸਿਆਣਾ ਅਤੇ ਬੁੱਢਾ ਹਿਰਨ ਕਹਿਣ ਲੱਗਾ, ਮਿੱਤਰੋ ਆਪਾਂ ਇੰਝ ਕਿੰਨੀ ਦੇਰ ਹੋਰ ਪਾਣੀ ਲੱਭਦੇ ਰਹਾਂਗੇ? ਜੰਗਲ ਵਿਚਲੀ ਉਹ ਝੀਲ ਵੀ ਸੁੱਕ ਗਈ ਹੈ ਜਿਸ 'ਤੇ ਆਪਾਂ ਦੀ ਕੋਈ ਆਸ ਨਹੀਂ ਹੈ। ਕਿਵੇਂ ਆਪਾਂ ਉਸ ਝੀਲ ਵਿੱਚ ਖਰਮਸਤੀਆਂ ਕਰਦੇ ਹੁੰਦੇ ਸਾਂ? ਜੇ ਇਹ ਹਾਲ ਰਿਹਾ ਤਾਂ ਆਪਣਾ ਤਾਂ ਕੀ, ਸਭ ਜਾਨਵਰਾਂ ਦੀ ਹੋਂਦ ਖਤਮ ਹੋ ਜਾਊਗੀ। ਫਿਰ ਕੀ ਕੀਤਾ ਜਾਵੇ? ਇੱਕ ਹੋਰ ਹਿਰਨ ਕਹਿਣ ਲੱਗਾ, ਇਹ ਮਸਲਾ ਤਾਂ ਸਾਰੇ ਜਾਨਵਰਾਂ ਲਈ ਹੈ, ਕਿਉਂ ਨਾ ਉਹਨਾਂ ਨਾਲ ਰਲ ਕੇ ਕੋਈ ਜੁਗਤ ਸੋਚੀ ਜਾਵੇ? ਬੁੱਢਾ ਹਿਰਨ ਫਿਰ ਕਹਿਣ ਲੱਗਾ। ਸਾਰੇ ਹਿਰਨ ਉਸ ਬੁੱਢੇ ਹਿਰਨ ਦੀ ਗੱਲ ਨਾਲ ਸਹਿਮਤ ਹੋ ਗਏ। ਫਿਰ ਹਿਰਨਾਂ ਨੇ ਇਹ ਗੰਭੀਰ ਮਸਲਾ ਜੰਗਲ ਦੇ ਰਾਜੇ ਸ਼ੇਰ ਕੋਲ ਜਾ ਰੱਖਿਆ। ਸ਼ੇਰ ਵੀ ਹਿਰਨਾਂ ਦੀ ਗੱਲ ਸੁਣ ਕੇ ਗੰਭੀਰ ਹੋ ਗਿਆ। ਉਸ ਨੇ ਤੁਰੰਤ ਆਪਣੀ ਸਲਾਹਕਾਰ ਲੂੰਬੜੀ ਨੂੰ ਬੁਲਾਇਆ ਅਤੇ ਪਾਣੀ ਦੀ ਇਸ ਗੰਭੀਰ ਸਮੱਸਿਆ ਬਾਰੇ ਜ਼ਿਕਰ ਕੀਤਾ। ਲੂੰਬੜੀ ਝੱਟ ਬੋਲੀ, ਸ਼ੇਰ ਮਹਾਰਾਜ, ਪਾਣੀ ਦੀ ਸਮੱਸਿਆ ਤਾਂ ਸੱਚਮੁੱਚ ਹੀ ਗੰਭੀਰ ਸਮੱਸਿਆ ਹੈ। ਉਂਝ ਵੀ ਪਾਣੀ ਤੋਂ ਬਗੈਰ ਤੁਹਾਡਾ ਜ਼ਿਆਦਾ ਨੁਕਸਾਨ ਹੈ। ਮੇਰਾ ਨੁਕਸਾਨ? ਉਹ ਕਿਵੇਂ? ਸ਼ੇਰ ਹੈਰਾਨੀ ਨਾਲ ਬੋਲਿਆ। ਦੇਖੋ ਮਹਾਰਾਜ, ਤੁਸੀਂ ਉਸ ਝੀਲ ਦੇ ਪਾਣੀ ਕਿਵੇਂ ਪੀਓਗੇ? ਅਤੇ ਨਾਲੇ ਹਿਰਨਾਂ ਦਾ ਸੁੱਖ ਹੈ ਹੀ ਉਸ ਝੀਲ 'ਤੇ ਸ਼ਿਕਾਰ ਕਰਨਾ, ਤੁਹਾਨੂੰ ਬਹੁਤ ਔਖਾ ਹੋ ਜਾਵੇਗਾ। ਉਹਨਾਂ ਪਾਣੀ ਪੀਣ ਤਾਂ ਆਉਣਾ ਹੀ ਨਹੀਂ। ਲੂੰਬੜੀਏ, ਤੈਨੂੰ ਹਰ ਵੇਲੇ ਸਵਾਰਥ ਦੀ ਗੱਲ ਹੀ ਸੁਝਦੀ ਰਹਿੰਦੀ ਹੈ। ਸਿਆਣੇ ਹਿਰਨ ਸਭ ਆਪਣੇ ਸਭ ਲਈ ਸਿਆਣੀ ਅਤੇ ਗੰਭੀਰ ਗੱਲ ਲੈ ਕੇ ਆਏ ਹਨ, ਪਰ ਤੂੰ ਨਾਲੇ ਆਪਾਂ ਮਨੁੱਖ ਥੋੜ੍ਹਾ ਜਿਹੜੇ ਮੁਸੀਬਤ ਵਿੱਚ ਇਕੱਠੇ ਨਾ ਹੋਈਏ? ਸ਼ੇਰ ਦੀ ਗੱਲ ਸੁਣ ਕੇ ਲੂੰਬੜੀ ਸ਼ਰਮਿੰਦੀ ਹੋ ਗਈ। ਫਿਰ ਸ਼ੇਰ ਨੇ ਜੰਗਲ ਵਿੱਚ ਆਪਣਾ ਹੁਕਮ ਸੁਣਾ ਦਿੱਤਾ ਅਤੇ ਮਿੱਥੇ ਦਿਨ ਨੂੰ ਮਿੱਥੀ ਥਾਂ 'ਤੇ ਸਾਰੇ ਜਾਨਵਰਾਂ ਅਤੇ ਪੰਛੀਆਂ ਨੂੰ ਇਕੱਤਰ ਹੋਣ ਦਾ ਸੰਦੇਸ਼ ਭੇਜ ਦਿੱਤਾ। ਇਕੱਤਰ ਹੋਣਾ, ਇਕੱਠੇ ਹੋਣਾ ਮਿੱਥੇ ਸਮੇਂ 'ਤੇ, ਅਤੇ ਦਿਨ ਦੇ ਸਾਰੇ ਜਾਨਵਰ ਇੱਕ ਵਿਸ਼ਾਲ ਰੁੱਖ ਹੇਠ ਇਕੱਠੇ ਹੋ ਗਏ। ਪਾਣੀ ਦੇ ਮਸਲੇ 'ਤੇ ਗੰਭੀਰ ਵਿਚਾਰ ਕਰਦੇ ਹਾਥੀਆਂ ਦੇ ਝੁੰਡ ਵਿੱਚੋਂ ਇੱਕ ਸਿਆਣਾ ਹਾਥੀ ਕਹਿਣ ਲੱਗਾ, ਮਹਾਰਾਜ, ਸੱਚਮੁੱਚ ਪਾਣੀ ਦੀ ਘਾਟ ਕਾਰਨ ਸਾਨੂੰ ਸਭ ਜਾਨਵਰਾਂ ਨੂੰ ਬਹੁਤ ਮੁਸ਼ਕਲ ਹੋ ਰਹੀ ਹੈ। ਅਸੀਂ ਤਾਂ ਸੁੰਘ ਕੇ ਪਾਣੀ ਬਾਰੇ ਅੰਦਾਜ਼ਾ ਲਾ ਲੈਂਦੇ ਹਾਂ, ਪਰ ਪਾਣੀ ਤਾਂ ਦਾ ਪੱਧਰ ਬਹੁਤ ਹੀ ਨੀਵਾਂ ਹੋ ਗਿਆ ਹੈ। ਦੱਸੋ ਕੀ ਕੀਤਾ ਜਾਵੇ? ਸਾਰੇ ਜਾਨਵਰ ਆਪੋ ਆਪਣੇ ਵਿਚਾਰ ਦੱਸਣ ਲੱਗੇ। ਗੱਲਾਂ ਸੁਣਨ ਤੋਂ ਬਾਅਦ ਫਿਰ ਇੱਕ ਬੁੱਢਾ ਹਾਥੀ ਕਹਿਣ ਲੱਗਾ, ਜੇ ਤੁਸੀਂ ਭਵਿੱਖ ਵਿੱਚ ਆਪਣੀ ਹੋਂਦ ਕਾਇਮ ਰੱਖਣੀ ਹੈ ਤਾਂ ਮੇਰੀ ਗੱਲ ਸੁਣੋ। ਸਾਰੇ ਜਾਨਵਰ ਉਸ ਵੱਲ ਵੇਖਣ ਲੱਗੇ। ਪਾਣੀ ਦੀ ਇਸ ਘਾਟ ਦਾ ਜ਼ਿੰਮੇਵਾਰ ਸਿਰਫ ਮਨੁੱਖ ਹੈ, ਜਿਸਨੇ ਆਪਣੇ ਸਵਾਰਥ ਖਾਤਰ ਆਪਣੇ ਵਿਸ਼ਾਲ ਜੰਗਲਾਂ ਨੂੰ ਤਬਾਹ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਉਸ ਦੇ ਕਾਰਨ ਹੀ ਇਹ ਸਮੱਸਿਆ ਪੈਦਾ ਹੋਈ। ਹਾਥੀ ਦੀ ਗੱਲ ਸੁਣ ਕੇ ਗਧਾ ਕਹਿਣ ਲੱਗਾ, ਇੱਥੇ ਮਨੁੱਖ ਭਲਾ ਕਿੱਥੋਂ ਆ ਗਿਆ? ਉਸਦਾ ਕੀ ਕਸੂਰ? ਤੂੰ ਚੁੱਪ ਰਹਿ, ਜੇ ਮੂੰਹ ਚੰਗਾ ਨਹੀਂ ਤਾਂ ਗੱਲ ਹੀ ਨਾ ਕਰਿਆ ਕਰ। ਨੇੜੇ ਬੈਠਾ ਬਾਂਦਰ ਗੁੱਸੇ ਨਾਲ ਖੋਤੇ ਵੱਲ ਦੇਖਦਾ ਹੋਇਆ ਬੋਲਿਆ, ਉਹ ਮੂਰਖ ਕਦੇ, ਤੈਨੂੰ ਪਤਾ ਨਾ ਆਪਣੇ ਜੰਗਲ ਦੀਆਂ ਝੀਲਾਂ ਦਾ ਪਾਣੀ ਮੀਂਹ ਪੈਣ ਨਾਲ ਹੀ ਭਰਦਾ ਹੈ। ਹੁਣ ਮੀਂਹ ਪਏ ਨੂੰ ਕਿੰਨਾ ਸਮਾਂ ਹੋ ਗਿਆ ਹੈ? ਮੀਂਹ ਵੀ ਤਾਂ ਰੁੱਖ ਹੀ ਲਿਆਉਂਦੇ ਹਨ। ਮਨੁੱਖ ਤਾਂ ਅੰਨੇ ਵਾਹੇ ਦਰਖਤ ਕੱਟੀ ਜਾ ਰਿਹਾ ਹੈ, ਜੇ ਉਹ ਰੁੱਖ ਇੰਨੀ ਗਿਣਤੀ ਵਿੱਚ ਨਾ ਕੱਟਦਾ ਤਾਂ ਸਮੱਸਿਆ ਨਹੀਂ ਸੀ ਆਉਣੀ। ਬੁੱਢੇ ਹਾਥੀ ਨੇ ਗਧੇ ਨੂੰ ਸਮਝਾਇਆ। ਨੁੱਕਰ ਵਿੱਚ ਬੈਠਾ ਮਾਸੂਮ ਖਰਗੋਸ਼ ਕਹਿਣ ਲੱਗਾ, ਅੰਕਲ ਅੰਕਲ, ਕੀ ਇਹ ਮਨੁੱਖ ਆ ਪਾਣੀ ਨਹੀਂ ਪੀਂਦਾ? ਕਿਉਂ ਨਹੀਂ ਪੁੱਤਰ, ਇਹ ਮੁਸੀਬਤ ਤਾਂ ਉਸ 'ਤੇ ਵੀ ਆ ਰਹੀ ਹੈ। ਪਰ ਹਾਥੀ ਕਹਿਣ ਲੱਗਾ, ਅੰਕਲ ਪਰ ਕੀ? ਪੁੱਤਰ, ਇਹ ਮਨੁੱਖ ਹੀ ਹੈ ਜਿਸ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਜਾੜਾ ਪਾਈ ਜਾ ਰਿਹਾ ਹੈ, ਅੰਨੇਵਾਹ ਧਰਤੀ ਵਿੱਚੋਂ ਪਾਣੀ ਕੱਢੀ ਜਾ ਰਿਹਾ ਹੈ। ਤਾਂ ਫਿਰ ਹੁਣ ਕੀ ਕੀਤਾ ਜਾਵੇ? ਨਿੱਕੇ ਨਿੱਕੇ ਹਿਰਨ ਬੋਲੇ, ਕਰਨਾ ਕੀ ਹੈ? ਬਸ ਇਕੱਠੇ ਹੋ ਜਾਓ, ਮਨੁੱਖ ਨੂੰ ਜੰਗਲ ਵਿੱਚ ਨਾ ਵੜਨ ਦਿਓ। ਜਿੱਥੇ ਕਿਤੇ ਦਰਖਤ ਕੱਟਦੇ ਮਨੁੱਖ ਨਜ਼ਰ ਆ ਜਾਣ, ਟੁੱਟ ਕੇ ਪੈ ਜਾਓ, ਬਘਿਆੜ ਗੁੱਸੇ ਨਾਲ ਬੋਲਿਆ। ਪਰ ਸੁਣਿਆ, ਮਨੁੱਖ ਬਹੁਤ ਖਤਰਨਾਕ ਜੀਵ ਹੈ, ਜੰਗਲੀ ਸੂਰ ਡਰ ਨਾਲ ਬੋਲੇ। ਬਾਈ, ਏਕਤਾ ਦੇ ਅੱਗੇ ਕੁਝ ਵੀ ਖਤਰਨਾਕ ਨਹੀਂ ਹੈ। ਉਂਝ ਵੀ ਪਾਣੀ ਦੁੱਖੋਂ ਮਰਨਾ ਹੀ ਹੈ, ਤਾਂ
ਜੇ ਮਨੁੱਖ ਨਾਲ ਲੜਦੇ ਇਹ ਮਰ ਜਾਈਏ ਤਾਂ ਸ਼ਹੀਦ ਕਹਾਵਾਂਗੇ, ਬਗਿਆੜ ਨੇ ਕਿਹਾ। ਫਿਰ ਕੀ ਸੀ ਬਗਿਆੜ ਦੇ ਸਿਆਣੇ ਫੈਸਲੇ ਦੀ? ਸਭ ਜ਼ਿੰਮੇਵਾਰਾਂ ਜਾਨਵਰਾਂ ਨੇ ਸਹਿਮਤੀ ਭਰ ਦਿੱਤੀ। ਹੁਣ ਤਾਂ ਹਰ ਨਿੱਕੇ ਵੱਡੇ ਜਾਨਵਰ ਨੇ ਮਨੁੱਖ ਨਾਲ ਮੁਕਾਬਲਾ ਕਰਨ ਦੀ ਠਾਣ ਲਈ ਅਤੇ ਛੇਤੀ ਹੀ ਅਖਬਾਰਾਂ ਅਤੇ ਸਾਰੇ ਪਾਸੇ ਖਬਰਾਂ ਫੈਲ ਗਈਆਂ ਕਿ ਜੰਗਲ ਦੇ ਸਾਰੇ ਜਾਨਵਰ ਹਿੰਸਕ ਹੋ ਗਏ ਹਨ। ਰੁੱਖ ਕੱਟਣ ਅਤੇ ਸ਼ਿਕਾਰ ਖੇਡਣ ਕਾਰਨ ਆਉਂਦੇ ਮਨੁੱਖ 'ਤੇ ਹਮਲਾ ਕਰਨ ਲੱਗ ਪਏ ਹਨ। ਸਭ ਮਨੁੱਖ ਹੈਰਾਨ ਸਨ, ਪਰ ਉਹਨਾਂ ਨੇ ਜਾਨਵਰ ਦੇ ਸਿਆਣੇ ਫੈਸਲੇ ਬਾਰੇ ਬਿਲਕੁਲ ਨਹੀਂ ਸੀ ਪਤਾ। ਇਸ ਤਰ੍ਹਾਂ ਮਨੁੱਖ ਨੇ ਆਪਣੀ ਜਾਨ ਬਚਾਉਣ ਲਈ ਜੰਗਲਾਂ ਵਿੱਚ ਲੱਕੜੀ ਕੱਟਣ ਅਤੇ ਸ਼ਿਕਾਰ ਕਰਨ ਲਈ ਜਾਣਾ ਬੰਦ ਕਰ ਦਿੱਤਾ। ਜਾਨਵਰਾਂ ਨੇ ਆਪਣੀ ਸਿਆਣਪ ਅਤੇ ਏਕਤਾ ਨਾਲ ਪ੍ਰਕਿਰਤੀ ਨੂੰ ਤਬਾਹ ਹੋਣ ਤੋਂ ਕੁਝ ਹੱਦ ਤੱਕ ਬਚਾ ਲਿਆ। ਸੋ ਬੱਚਿਓ, ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਕਿ ਆਉਣ ਵਾਲੀਆਂ ਸਮੱਸਿਆਵਾਂ ਦਾ ਸਾਹਮਣਾ ਹੋ ਸਕੇ। ਤਾਂ ਮਨੁੱਖ ਅੰਨੇ ਵਾਹਾਂ ਰੁੱਖ ਕੱਟਣ ਨਾਲ ਜੋ ਪਾਣੀ ਦੀ ਕਮੀ ਆ ਰਹੀ ਹੈ ਉਹ ਖਤਮ ਹੋ ਜਾਵੇ। ਅੰਨੇ ਵਾਹ ਸਾਨੂੰ ਰੁੱਖ ਨਹੀਂ ਕੱਟਣੇ ਚਾਹੀਦੇ ਅਤੇ ਸਾਨੂੰ ਏਕਤਾ ਇਹ ਕਹਾਣੀ ਸਾਨੂੰ ਏਕਤਾ ਦੇ ਮਹੱਤਵ ਨੂੰ ਵੀ ਦਰਸਾਉਂਦੀ ਹੈ। ਤਾਂ ਤੁਸੀਂ ਹੁਣ ਇਸ ਚੈਪਟਰ ਦੇ ਪ੍ਰਸ਼ਨ ਉੱਤਰ ਵਾਕ ਬਣਾਓ, ਸ਼ਬਦ ਅਰਥ ਕਰੋਗੇ। ਮੈਂ ਇਸ ਦੇ ਨੋਟਸ PDF ਫਾਈਲ ਵਿੱਚ ਤੁਹਾਨੂੰ ਸੈਂਡ ਕਰਾਂਗੀ। ਧੰਨਵਾਦ।